ਕਿ ਸੈਫ ਅਲੀ ਖਾਨ ਤੇ ਕਰੀਨਾ ਕਪੂਰ ਦੇ ਰਿਸ਼ਤੇ ਚ ਆਈ ਦਰਾਰ। ਹੁਣ ਇਹ ਬੀ ਟਾਊਨ ਦਾ ਕਪਲ ਲਵੇਗਾ ਇੱਕ ਦੂਜੇ ਤੋਂ ਡਾਇਵੋਰਸ। ਸੋਸ਼ਲ ਮੀਡੀਆ ਤੇ ਤੂਫਾਨ ਆ ਗਿਆ ਕਿਉਂਕਿ ਇੱਕ ਫੋਟੋ ਜੋ ਆ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ। ਇਹ ਫੋਟੋ ਨੇ ਲੋਕਾਂ ਨੂੰ ਦਿਮਾਗ ਦੇ ਉੱਤੇ ਜ਼ੋਰ ਡਾਲਣ ਦੇ ਲਈ ਵੀ ਮਜਬੂਰ ਕਰ ਦਿੱਤਾ। ਇਸ ਵਕਤ ਬਾਲੀਵੁੱਡ ਦਾ ਇੱਕ ਪੋਪੂਲਰ ਕਪਲ ਯਾਨੀ ਕਿ ਕਰੀਨਾ ਕਪੂਰ ਤੇ ਸੈਫ ਅਲੀ ਖਾਨ ਦੇ ਅਲੱਗ ਹੋਣ ਦੀਆਂ ਅਫਵਾਹਾਂ ਨਾਲ ਸੋਸ਼ਲ ਮੀਡੀਆ ਦਾ ਬਾਜ਼ਾਰ ਬਹੁਤ ਜ਼ਿਆਦਾ ਗਰਮ ਹੈ, ਸਨਸਨੀ ਮਚੀ ਹੋਈ ਹੈ। ਪਰ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਆਖਿਰਕਾਰ ਕੀ ਹੋਇਆ। ਤੇ ਦੱਸ ਦਈਏ ਕਿ ਇੱਕ ਵੀਡੀਓ ਇੱਕ ਫੋਟੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਕੁਝ ਦਿਨ ਪਹਿਲਾਂ ਹੀ ਇਸ ਕਪਲ ਨੂੰ ਇੱਕ ਦੂਸਰੇ ਦੇ ਨਾਲ ਲਿਪਲੌਕ ਕਰਦੇ ਹੋਏ ਪਬਲਿਕ ਪਲੇਸ 'ਚ ਦੇਖਿਆ ਗਿਆ ਸੀ। ਪਰ ਅਚਾਨਕ ਹੀ ਹੁਣ ਅਜਿਹੀਆਂ ਅਫਵਾਹਾਂ ਉੱਡ ਰਹੀਆਂ ਨੇ ਕਿ ਹੁਣ ਇਹ ਕਪਲ ਜੋ ਆ ਇੱਕ ਦੂਸਰੇ ਤੋਂ ਡਾਇਵੋਰਸ ਲੈਣ ਵਾਲਾ ਹੈ। ਸਾਹਮਣੇ ਆਈ ਇੱਕ ਫੋਟੋ ਨੇ ਫੈਨਸ ਨੂੰ ਹੈਰਾਨ ਕਰ ਦਿੱਤਾ। ਇਸ ਫੋਟੋ 'ਚ ਖਾਸ ਗੱਲ ਇਹ ਹੈ ਕਿ ਸੈਫ ਅਲੀ ਖਾਨ ਦੇ ਵੱਲੋਂ ਆਪਣੀ ਵਿਆਹ ਵਾਲੇ ਟਾਈਮ ਦੇ ਵਿੱਚ ਕਰੀਨਾ ਕਪੂਰ ਦੇ ਲਈ ਇੱਕ ਟੈਟੂ ਬਣਵਾਇਆ ਗਿਆ ਸੀ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਹਿੰਦੀ 'ਚ ਲਿਖਿਆ ਗਿਆ ਸੀ ਕਰੀਨਾ। ਪਰ ਹੁਣ ਇਸ ਟੈਟੂ ਨੂੰ ਜੋ ਆ ਉਹਨਾਂ ਦੇ ਵੱਲੋਂ ਕਵਰ ਕਰਵਾ ਦਿੱਤਾ ਗਿਆ ਅਤੇ ਇੱਥੇ ਇੱਕ ਨਵਾਂ ਟੈਟੂ ਬਣਾ ਲਿਆ ਗਿਆ। ਹੁਣ ਇਹ ਦੇਖ ਕੇ ਫੈਨਸ ਕਾਫੀ ਜ਼ਿਆਦਾ ਹੈਰਾਨ ਹੋ ਰਹੇ ਨੇ ਕਿਉਂਕਿ ਸੈਫ ਨੇ ਸ਼ਾਦੀ ਤੋਂ ਪਹਿਲਾਂ ਇਸ ਨੂੰ ਬਣਵਾਇਆ ਸੀਗਾ ਅਤੇ ਇਸ ਦੇ ਨਾਲ ਉਹਨਾਂ ਦੀ ਦੀਵਾਨਗੀ ਜੋ ਸੀ ਕਰੀਨਾ ਕਪੂਰ ਦੇ ਲਈ ਨਜ਼ਰ ਆਉਂਦੀ ਸੀ। ਤਾਂ ਇਸ ਟੈਟੂ ਦਾ ਉਹਨਾਂ ਨੇ ਜ਼ਿਕਰ ਕੀਤਾ ਸੀਗਾ। ਕਰੀਨਾ ਕਪੂਰ ਨੇ ਤਾਂ ਕਿਹਾ ਸੀ ਕਿ ਸੈਫ ਅਲੀ ਖਾਨ ਕਾਫੀ ਰੋਮਾਂਟਿਕ ਆ। ਹਾਲਾਂਕਿ ਇਹ ਟੈਟੂ ਐਕਟਰ ਦੇ ਹੱਥ ਤੋਂ ਗਾਇਬ ਹੋ ਗਿਆ, ਉਸ ਜਗ੍ਹਾ ਇੱਕ ਨਵਾਂ ਟੈਟੂ ਨਜ਼ਰ ਆ ਰਿਹਾ। ਤੇ ਦੇਖਦੇ ਹਾਂ ਕਿ ਇਸ ਦੇ ਨਾਲ ਲੋਕ ਵੀ ਕਾਫੀ ਜ਼ਿਆਦਾ ਹੈਰਾਨ ਹੋ ਗਏ ਆ। ਤੇ ਹੁਣ ਕਈਆਂ ਦਾ ਲਿਖਣਾ ਹੈ ਕਿ ਸੈਫ ਅਲੀ ਖਾਨ ਹੁਣ ਅਗਲੇ ਮਕਸਦ ਦੀ ਔਰ ਜਾ ਰਹੇ ਨੇ। ਤੇ ਉੱਥੇ ਦੱਸ ਦਈਏ ਕਿ ਇੱਕ ਯੂਜ਼ਰ ਵੱਲੋਂ ਲਿਖਿਆ ਗਿਆ ਕਿ ਹੁਣ ਤੀਸਰੀ ਦੀ ਵਾਰੀ ਹੈ, ਕਰੀਨਾ ਦਾ ਟੈਟੂ ਹਟਵਾ ਦਿੱਤਾ ਗਿਆ। ਤੇ ਇੱਕ ਯੂਜ਼ਰ ਨੇ ਲਿਖਿਆ, ਹੁਣ ਸ਼ਾਦੀ ਹੋ ਗਈ, ਬੱਚੇ ਪੈਦਾ ਹੋ ਗਏ ਤੇ ਹੁਣ ਕਦੋਂ ਤੱਕ ਆਸ਼ਕੀ ਦਿਖਾਓਗੇ? ਤਾਂ ਇਸ ਵੀਡੀਓ ਦਾ ਸੱਚ ਕੀ ਆ ਇਹ ਵੀ ਦੱਸਦੇ। ਇੱਕ ਕਮੈਂਟ ਆਇਆ, ਤਲਾਕ ਪੱਕਾ। ਇੱਕ ਸ਼ਖਸ ਨੇ ਕਿਹਾ, ਲੱਗਤਾ ਹੈ ਤਲਾਕ ਕੀ ਤਿਆਰੀ ਹੈ। ਇੱਕ ਟ੍ਰੋਲਰ ਨੇ ਲਿਖਿਆ, ਦੋ ਅੰਮ੍ਰਿਤਾ ਤੋਂ ਬੱਚੇ ਹੋ ਗਏ, ਦੋ ਕਰੀਨਾ ਤੋਂ ਹੋ ਗਏ, ਹੁਣ ਅਗਲੇ ਮਕਸਦ ਦੀ ਓਰ ਹੈ ਇਸ ਦੇ ਕਦਮ। ਨਾਮ ਚੇਂਜ, ਬੀਵੀ ਚੇਂਜ, ਇੱਕ ਯੂਜ਼ਰ ਨੇ ਇਹ ਕਮੈਂਟ ਕੀਤਾ। ਤੇ ਇੱਕ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਨਈ ਯੋਜਨਾ ਬਣਾਈ ਜਾ ਰਹੀ ਹੈ। ਤਾਂ ਉੱਥੇ ਦੱਸ ਦਈਏ ਕਿ ਅਜਿਹੀ ਕੋਈ ਵੀ ਓਫੀਸ਼ੀਅਲ ਜਾਣਕਾਰੀ ਸਾਹਮਣੇ ਨਹੀਂ ਆਈ ਹੈ, ਪਰ ਅਜਿਹਾ ਲੱਗ ਰਿਹਾ ਹੈ ਕਿ ਜਾਂ ਤਾਂ ਕਿਸੇ ਸ਼ਖਸ ਦੇ ਵੱਲੋਂ ਸੈਫ ਅਲੀ ਖਾਨ ਦੇ ਸਟੈਟੂ ਦੇ ਨਾਲ ਛੇੜਛਾੜ ਕੀਤੀ ਗਈ ਹੈ, ਜਾਂ ਫਿਰ ਕੋਈ ਟੈਂਪਰਰੀ ਚੇਂਜ ਜੋ ਹੈ ਸੈਫ ਅਲੀ ਖਾਨ ਦੇ ਵੱਲੋਂ ਕਰਵਾਇਆ ਗਿਆ। ਕਿਉਂਕਿ ਇਹਨਾਂ ਨੂੰ ਕੁਛ ਟਾਈਮ ਪਹਿਲਾਂ ਹੀ ਇੱਕ ਦੂਸਰੇ ਨੂੰ ਬੜੇ ਹੀ ਪਿਆਰ ਦੇ ਨਾਲ ਹੱਗ ਕਰਦਿਆਂ ਹੋਇਆ, ਕਿਸ ਕਰਦਿਆਂ ਹੋਇਆ ਵੇਖਿਆ ਗਿਆ ਸੀਗਾ। ਪਰ ਇਸ ਤੋਂ ਬਾਅਦ ਇਹ ਫੋਟੋ ਜੋ ਆ ਵਾਇਰਲ ਹੋ ਜਾਂਦੀ ਹੈ। ਪਰ ਲੋਕਾਂ ਦੇ ਇਸ ਦੇ ਉੱਤੇ ਬਹੁਤ ਸਾਰੇ ਕਮੈਂਟਸ ਆ ਰਹੇ, ਰਾਏ ਆ ਰਹੀ ਹੈ। ਤੁਸੀਂ ਕੀ ਸੋਚਦੇ ਹੋ ਇਸ ਬੀ ਟਾਊਨ ਕਪਲ ਦੇ ਰਿਲੇਸ਼ਨਸ਼ਿਪ ਨੂੰ ਲੈ ਕੇ? ਕਮੈਂਟ ਸੈਕਸ਼ਨ 'ਚ ਕਮੈਂਟ ਕਰਕੇ ਜ਼ਰੂਰ ਦੱਸਿਓ।